मैं देख रहा सी तुहाडी पिटीशन मेरे कोले भी पहुंची। मैं भी हुण कोशिश करूंगा सोशल मीडिया जरिए भी उन्हों लोकां तक पहुंचाउण दी, पर तुसी पहला तो इस मुद्दे ते जानकारी पाओ, क्योंकि साडे नाल जिहड़े जुड़दे आ सज्जन मित्र, उन्हां दी बहुतें दी जिज्ञासा आस्ट्रेलिया आउण दी आ, ते जदों आस्ट्रेलिया आउण दी गल हुंदी है तां अंग्रेजी दा टेस्ट सब तों मूहरे आ जांदा, सो थोड़ा जिहा जानना पाऊगा इहदे ते। पहली गल तां अंग्रेजी एक विशा है जिहड़ा आपां सिखदे हां, जिवें हिंदी पंजाबी आपां लिखणा सिख लिया, पढ़ना सिख लिया, बोलना सिख लिया। आपां बाकी सारे सब्जेक्टां दे इको बार इम्तिहान दिंदे हां। मान लो आपां 10वीं कीती, 12वीं कीती, बीए कीती, किसी ने इंजीनियरिंग कीती, किसी ने मेडिकल कीता, आपां एक बार जदों पास कर लैंदे तां आपणे ते लेबल लग जांदा कि तुसीं उह पढ़ाई पढ़ चुके हो। ते आम तौर ते आस कीती जांदी वी सारी उम्र तुहाडा पद्धर उही रहूगा, बशर्ते जिवें साइंस आ, साइंस च बंदा इंजीनियर बण गया जां डाक्टर बण गया, ਉਹ ਸਮੇਂ ਸਮੇਂ ਆਪਣੇ ਕਿਤੇ ਜਿਹੜੀਆਂ ਨਵੀਆਂ ਰਿਸਰਚਾਂ ਹੁੰਦੀਆਂ ਉਹਦੇ ਤੇ ਨਵੇਂ ਆਪਦੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ, ਕੋਰਸ ਕਰਕੇ ਉਹਨਾਂ ਦੀ ਲਗਾਤਾਰ ਪੜ੍ਹਾਈ ਸਾਰੀ ਉਮਰ ਚੱਲਦੀ ਰਹਿੰਦੀ ਆ। ਪਰ ਜੇ ਮੰਨ ਲਓ ਤੁਸੀਂ ਇੱਕ ਵਿਸ਼ੇ ਦੇ ਮਾਹਰ ਹੋ, ਪੰਜਾਬੀ ਦੇ, ਹਿੰਦੀ ਦੇ, ਅੰਗਰੇਜ਼ੀ ਦੇ, ਤਾਂ ਇੱਕ ਵਾਰ ਤੁਸੀਂ ਉਹ ਵਿਸ਼ਾ ਪੜ੍ਹ ਲਿਆ ਤਾਂ ਤੁਸੀਂ ਉਸ ਵਿਸ਼ੇ ਤੇ ਖੋਜ ਕਰ ਸਕਦੇ ਹੋ, ਉਸ ਨੂੰ ਪੜ੍ਹਨ ਦੀ ਆਪਦੀ ਸਕਿੱਲ ਤੁਹਾਨੂੰ ਦੁਬਾਰਾ ਵਾਰ-ਵਾਰ ਅਪਡੇਟ ਕਰਨ ਦੀ ਲੋੜ ਨਹੀਂ ਪੈਂਦੀ। ਹੁਣ ਇਹ ਗੱਲ ਆਈਲਟਸ ਨਾਲ ਕਿਵੇਂ ਜੁੜੀ ਆ ਕਿ ਜਿਹੜਾ ਆਈਲਟਸ ਦਾ ਬੇਸਿਕ ਪਰਪਸ ਆ, ਪਹਿਲਾਂ ਇੱਕ ਟੋਫਲ ਹੁੰਦਾ ਸੀ ਜੀ, ਤੇ ਕਹਾ ਹੋਰ ਜਿਹੜਾ ਪੀਟੀ ਨਵਾਂ ਚੱਲਿਆ, ਇਹਨਾਂ ਦਾ ਅਸਲ ਪਰਪਸ ਇਹ ਆ ਕਿ ਜਦੋਂ ਅੰਗਰੇਜ਼ੀ ਬੋਲਣ ਵਾਲੇ ਮੁਲਕਾਂ ਨੇ ਕਿਸੇ ਬੰਦੇ ਨੂੰ ਆਪਣੇ ਮੁਲਕ 'ਚ ਕੰਮ ਕਰਨ ਦੀ ਇਜਾਜ਼ਤ ਦੇਣੀ ਹੁੰਦੀ ਹੈ ਜਾਂ ਪੜ੍ਹਨ ਦੀ ਇਜਾਜ਼ਤ ਦੇਣੀ ਹੁੰਦੀ ਆ, ਉਹਨਾਂ ਨੇ ਇੱਕ ਵਾਰ ਅਸੈਸ ਕਰਨਾ ਹੁੰਦਾ ਕਿ ਇਸ ਬੰਦੇ ਨੂੰ ਅੰਗਰੇਜ਼ੀ ਕਿੰਨੀ ਕੁ ਆਉਂਦੀ ਆ। ਉਹ ਇੱਕ ਵਾਰ ਅਸੈਸ ਕਰ ਲੈਂਦੇ ਆ। ਉਹਦਾ ਕਾਰਨ ਵੀ ਇਹ ਹੈ ਕਿ ਵੀ ਉਸ ਬੰਦੇ ਨੇ 12ਵੀਂ ਤੱਕ ਦੀ ਪੜ੍ਹਾਈ ਅੰਗਰੇਜ਼ੀ ਬੋਲਣ ਵਾਲੇ ਮੁਲਕ 'ਚੋਂ ਨਹੀਂ ਕੀਤੀ ਹੁੰਦੀ, ਜਿਵੇਂ ਇੰਗਲੈਂਡ ਚੋਂ, ਅਮਰੀਕਾ ਚੋਂ, ਕੈਨੇਡਾ ਚੋਂ, ਕਿ ਉਹਨੂੰ ਬੰਦੇ ਨੂੰ ਪਤਾ ਨਹੀਂ ਅੰਗਰੇਜ਼ੀ ਆਉਂਦੀ ਕਿ ਨਹੀਂ ਆਉਂਦੀ, ਵੀ ਇਹਨੂੰ ਚੈੱਕ ਕਰ ਲਓ ਬੰਦੇ ਨੇ, ਇੱਕ ਵਾਰ ਦੇਖ ਲਓ ਵੀ ਹਾਂ ਇਹ ਯੂਨੀਵਰਸਿਟੀ 'ਚ ਜਾਂ ਸਾਡੇ ਡਿਪਲੋਮੇ 'ਚ ਦਾਖਲਾ ਲੈਣ ਦੇ ਕਾਬਿਲ ਹੈ ਜਾਂ ਨਹੀਂ ਹੈ। ਇੱਕ ਵਾਰ ਉਸ ਬੰਦੇ ਦਾ ਪੇਪਰ ਹੋਇਆ, ਉਸ ਤੋਂ ਬਾਅਦ 'ਚ ਉਹਨੇ ਉੱਥੇ ਪੜ੍ਹਾਈ ਕੀਤੀ, ਡਿਪਲੋਮਾ ਕੀਤਾ, ਯੂਨੀਵਰਸਿਟੀ ਦੀ ਡਿਗਰੀ ਲਈ ਜਾਂ ਕੋਈ ਉੱਥੇ ਵਰਕ ਵੀਜ਼ੇ ਤੇ ਪਹੁੰਚ ਕੇ ਨੌਕਰੀ ਕੀਤੀ, ਤਾਂ ਉਹਦੇ ਦਿਨ ਬ ਦਿਨ ਜਿਹੜਾ ਲੋਕਾਂ ਨਾਲ ਇੰਟਰੈਕਸ਼ਨ ਆ, ਲੋਕਾਂ ਨਾਲ ਗੱਲਬਾਤ ਆ, ਸਾਰਾ ਕੁਝ ਅੰਗਰੇਜ਼ੀ 'ਚ ਹੁੰਦਾ, ਉਹਦੀ ਪੜ੍ਹਾਈ ਅੰਗਰੇਜ਼ੀ 'ਚ ਹੁੰਦੀ ਆ, ਉਹ ਪੇਪਰ ਅੰਗਰੇਜ਼ੀ 'ਚ ਦਿੰਦਾ, ਉਹਦੀ ਅੰਗਰੇਜ਼ੀ ਉਸ ਤੋਂ ਬਾਅਦ 'ਚ ਇੰਪਰੂਵ ਹੁੰਦੀ ਆ ਲਗਾਤਾਰ, ਉਸ ਤੋਂ ਵਧੀਆ ਹੋ ਜਾਂਦੀ ਆ। ਪਰ ਜਿਹੜਾ ਨਿਜ਼ਾਮ ਚੱਲ ਰਿਹਾ ਉਹ ਇਹ ਹੈ ਕਿ ਤੁਸੀਂ 2 ਜਾਂ 3 ਸਾਲ ਬਾਅਦ ਉਹ ਪੇਪਰ ਐਕਸਪਾਇਰ ਹੋ ਜਾਂਦਾ, ਤੁਸੀਂ ਨਵੇਂ ਕਿਸੇ ਕੋਰਸ ਦਾਖਲਾ ਲੈਣਾ, ਤੁਸੀਂ ਆਪਦੀ ਇਮੀਗ੍ਰੇਸ਼ਨ ਅਪਲਾਈ ਕਰਨੀ ਆ, ਜਾਂ ਕੋਈ ਬੰਦਾ ਪੜ੍ਹ ਰਿਹਾ ਉਹਨੇ ਸੋਚਿਆ ਮੈਂ ਆਪਦੇ ਆਪ ਨੂੰ ਅਪਗ੍ਰੇਡ ਕਰ ਲਾਂ, ਮੈਂ ਯੂਨੀਵਰਸਿਟੀ ਚਲਾ ਜਾਵਾਂ, ਜਾਂ ਇੱਥੇ ਨੌਕਰੀ ਕਰਨ ਵਾਲੇ ਵੀ ਬੰਦੇ 2-4 ਸਾਲਾਂ ਬਾਅਦ ਸੋਚਦੇ ਕਿ ਮੈਂ ਵਧੀਆ ਨੌਕਰੀ ਵਾਸਤੇ ਮੈਂ ਯੂਨੀਵਰਸਿਟੀ ਚਲਾ ਜਾਵਾਂ, ਉਹ ਜਦੋਂ ਦੁਬਾਰਾ ਫੇਰ ਇਹਨਾਂ ਸਟੇਜਾਂ ਤੇ ਜਾਂਦੇ ਤਾਂ ਉਹਨਾਂ ਤੋਂ ਇੱਕ ਵਾਰ ਫੇਰ ਪੁੱਛ ਲੈਂਦੇ ਕਿ ਹਾਂਜੀ ਤੁਸੀਂ ਸਰਟੀਫਿਕੇਟ ਦਿਓ ਕਿ ਤੁਹਾਨੂੰ ਅੰਗਰੇਜ਼ੀ ਕਿੰਨੀ ਆਉਂਦੀ ਆ। ਉਹ ਬੰਦਾ ਕਹਿੰਦਾ ਜੀ ਮੇਰੇ ਤਾਂ 8 ਆਏ ਸੀ ਜਾਂ 9 ਆਏ ਸੀ ਜਾਂ 7 ਆਏ ਸੀ, ਵਾਟ ਐਵਰ ਆਏ ਸੀ। ਉਹ ਕਹਿੰਦੇ ਨਹੀਂ, ਪੁਰਾਣੇ ਤੇਰੇ ਖਤਮ ਹੋ ਗਿਆ, ਤੂੰ ਦੁਬਾਰਾ ਫੇਰ ਦੇ। ਇਹ ਜਿਹੜਾ ਵਰਤਾਰਾ ਹਰ 3 ਸਾਲ 4 ਸਾਲ ਬਾਅਦ, ਜੇ ਬੰਦੇ ਨੇ ਕੋਈ ਨਵੀਂ ਪੜ੍ਹਾਈ ਕਰਨੀ ਹੈ, ਨਵੇਂ ਕਿਸੇ ਕੋਰਸ ਦਾਖਲਾ ਲੈਣਾ, ਯੂਨੀਵਰਸਿਟੀ ਪਾਸ ਕੀਤੇ ਨੂੰ 5 ਸਾਲ ਹੋ ਗਏ ਨੇ, ਉਸ ਤੋਂ ਬਾਅਦ ਨਵੇਂ ਸਿਰੋਂ ਕਿਤੇ ਦਾਖਲਾ ਲੈਣਾ, ਉੱਥੇ ਉਹਨੂੰ ਫੇਰ ਪੁੱਛ ਕੇ ਬੈਠ ਜਾਂਦੇ, ਮਤਲਬ ਲਗਾਤਾਰ ਸਟੈਪ ਬਾਏ ਸਟੈਪ ਇਨਸਲਟ ਹੁੰਦੀ ਹੈ ਇੱਕ ਤਰੀਕੇ ਦੀ ਇਹ। ਦੂਜੀ ਗੱਲ, ਜਿਹੜਾ ਪੇਪਰ ਦਾ ਤਰੀਕਾ ਲੈਣ ਦਾ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੀ 4 ਇਹਦੇ ਮੋਡਿਊਲ ਨੇ, 4ੋਂ ਇੱਕੋ ਵਾਰ 'ਚ ਕਲੀਅਰ ਕਰੋ ਜਾਂ 2 ਵਾਰਾਂ 'ਚ ਕਲੀਅਰ ਕਰੋ, ਜਿਹੜੀ ਕਿ ਕੋਈ ਗੱਲ ਬਣਦੀ ਨਹੀਂ। ਇੱਕ ਵਾਰੀ ਤੁਹਾਨੂੰ 9 ਬੈਂਡ 9 ਬੈਂਡ ਆ ਗਏ, ਤੁਸੀਂ ਅਗਲੀ ਵਾਰੀ ਉਹਦੇ 'ਚ 6 ਲੈ ਲਿਆ, ਤਾਂ ਮਤਲਬ ਤੁਹਾਡੀ ਜਿਹੜੀ ਕਾਬਲੀਅਤ ਆ ਉਹ 9 ਤੋਂ 6 ਤੇ ਆ ਗਈ ਆ ਥੱਲੇ। ਇਹ ਕਿਸ ਕਿਸਮ ਦਾ ਐਗਜ਼ਾਮ ਆ ਕਿ ਪਹਿਲਾਂ ਮੈਂ 10ਵੀਂ 'ਚ ਜਿਹੜਾ ਨੰਬਰ ਲਏ ਸੀ, ਮੈਂ ਸਾਰੀ ਉਮਰ ਉਹੀ ਨੰਬਰ ਆਪਦੇ ਨਾਲ ਕੈਰੀ ਕਰਦਾ, ਜੋ ਮੇਰੇ ਬੈਚਲਰ ਕੋਰਸ 'ਚੋਂ ਨੰਬਰ ਸੀ ਉਹੀ ਮੇਰੇ ਸਾਰੀ ਉਮਰ ਨੰਬਰ ਨਾਲ ਕੈਰੀ ਹੁੰਦੇ। ਇਹ ਆਈਲਟਸ ਦੇ ਹਰ 3 ਹਫ਼ਤਿਆਂ ਬਾਅਦ, 4 ਹਫ਼ਤਿਆਂ ਬਾਅਦ ਬਦਲ ਜਾਂਦੇ ਤੇ 3 ਸਾਲਾਂ ਬਾਅਦ ਐਕਸਪਾਇਰ ਹੋ ਜਾਂਦੇ ਨੇ। ਜੀ ਇਹ ਜੀ ਜਿਹੜਾ ਸਾਰੀ ਸਾਰਾ ਕੰਮ ਆ ਇਹ ਸਿਰਫ ਤੇ ਸਿਰਫ ਉਹਨਾਂ ਬੰਦਿਆਂ ਨੂੰ ਝੱਲਣਾ ਪੈਂਦਾ ਜਿਹੜੇ ਬੰਦੇ ਬਾਹਰੋਂ ਪੜ੍ਹ ਕੇ ਆਏ ਆ, ਜਿਹੜੇ ਇੱਥੋਂ ਦੇ ਲੋਕਲ ਆ ਉਹ ਹੋ ਸਕਦਾ ਪਾਸ ਨਹੀਂ ਵੀ ਨਾ ਕਰ ਸਕਣ, ਉਹਨਾਂ ਨੂੰ ਪੁੱਛਦਾ ਵੀ ਕੋਈ ਨਹੀਂ। ਇਹ ਜਿਹੜਾ ਹੈਗਾ ਇੱਕ ਤਰੀਕੇ ਦਾ ਇਹ ਵਿਤਕਰਾ ਬਾਹਰੋਂ ਆਏ ਹੋਏ ਬੰਦਿਆਂ ਨਾਲ। ਹੁਣ ਬਿਲਕੁਲ ਜਿਹੜੀ ਮੈਂ ਪਟੀਸ਼ਨ ਸ਼ੁਰੂ ਕੀਤੀ ਆ, ਉਹਦਾ ਪਰਪਸ ਇਹ ਕਿ ਵਿਤਕਰੇ ਨੂੰ ਖਤਮ ਕੀਤਾ ਜਾਵੇ। ਇਹ ਅੰਗਰੇਜ਼ੀ ਆਉਂਦੀ ਹੋਣ ਨਾ ਆਉਂਦੀ ਹੋਣ ਦਾ ਮਸਲਾ ਤੁਸੀਂ ਦਾਖਲਾ ਦੇਣ ਵੇਲੇ ਦੇਖ ਲਓ, ਤੁਸੀਂ ਇਮੀਗ੍ਰੇਸ਼ਨ ਦੇਣ ਵੇਲੇ ਦੇਖ ਲਓ, ਨਹੀਂ ਪਸੰਦ ਆਇਆ ਤਾਂ ਨਾ ਦਿਓ। ਜੇ ਬੰਦੇ ਨੇ ਇੱਕ ਵਾਰ ਇੱਥੋਂ ਬੈਚਲਰ ਡਿਗਰੀ ਲੈ ਲਈ ਹੈ, ਕੋਈ ਡਿਪਲੋਮਾ ਲੈ ਲਿਆ, ਉਹਨੇ ਅੰਗਰੇਜ਼ੀ 'ਚ ਪੜ੍ਹ ਕੇ ਲਿਆ, ਤਾਂ ਉਹਦੀ ਅੰਗਰੇਜ਼ੀ ਜੇ ਉਹ ਪਾਸ ਹੋਇਆ ਕੋਈ 50-60%, 70% ਨੰਬਰ ਲੈ ਕੇ, ਤਾਂ ਬਾਕੀ ਦੀ ਕਲਾਸ ਦੇ ਬਰਾਬਰ ਆ। ਉਸ ਬੰਦੇ ਨੂੰ ਫੇਰ ਸਿੰਗਲ ਆਊਟ ਕਰਨਾ, ਉਹਨੂੰ ਬਾਹਰ ਕੱਢ ਲੈਣਾ, ਪੁੱਛਣਾ ਕਿ ਭਾਈ ਸਾਹਿਬ ਤੂੰ ਬਾਹਰੋਂ ਪੜ੍ਹਿਆ ਹੋਇਆ ਤਾਂ ਤੂੰ ਇੱਕ ਵਾਰ ਫੇਰ ਪੇਪਰ ਦੇ, ਦੈਟ ਇਜ਼ ਡਿਸਕ੍ਰਿਮੀਨੇਸ਼ਨ। ਹੁਣ ਜਿਹੜੀ ਪਟੀਸ਼ਨ ਆਇਆ, ਇਹਦਾ ਮਤਲਬ ਪਾਰਲੀਮੈਂਟ ਕੋਲ ਜਾ ਕੇ ਇਹੀ ਗੱਲ ਕਰਨ ਕਿ ਜਿਹੜੇ ਬੰਦੇ ਇੱਥੋਂ ਪੜ੍ਹ ਚੁੱਕੇ ਨੇ, ਜਿਹੜੇ ਇੱਥੋਂ ਪਾਸ ਹੋ ਚੁੱਕੇ ਨੇ ਇੱਕ ਵਾਰ, ਉਹਨਾਂ ਨੂੰ ਦੁਬਾਰਾ ਡਿਸਕ੍ਰਿਮੀਨੇਟ ਨਾ ਕੀਤਾ ਜਾਵੇ, ਉਹਨਾਂ ਤੋਂ ਪੇਪਰ ਨਾ ਮੰਗਿਆ ਜਾਵੇ। ਇਹ ਇੱਕ ਸਿੰਪਲ ਕੁਐਸਚਨ ਹੈ, ਇਹ ਕੋਈ ਲੰਬੀ ਚੌੜੀ ਇਹਦੇ 'ਚ ਰਾਕੇਟ ਸਾਇੰਸ ਨਹੀਂ ਕਿ ਉਹ ਜਦੋਂ ਕਲਾਸ 'ਚ 50 ਬੰਦੇ ਬੈਠੇ ਆ, ਜੇ 5 ਬਾਹਰੋਂ ਆ ਕੇ ਪੜ੍ਹ ਗਏ ਤਾਂ 5 ਦਾ ਲੈਵਲ 55 ਦੇ ਬਰਾਬਰ ਹੈ, ਇਸੇ ਕਰਕੇ ਯੂਨੀਵਰਸਿਟੀ ਨੇ ਪਾਸ ਕੀਤਾ। ਨਹੀਂ, ਜੇ ਉਹਨਾਂ ਦੀ ਹਲੇ ਵੀ ਅੰਗਰੇਜ਼ੀ ਠੀਕ ਨਹੀਂ ਹੋਈ
यूनिवर्सिटी पढ़ाई चेक करनी चाहिए, यूनिवर्सिटी की रजिस्ट्रेशन कैंसल करनी चाहिए जिन्हें बिना अंग्रेजी आने तो बिना पास किए बंदे नूं सर्टिफिकेट दे तोरी जाती है। इस करके एक पटीशन का सिर्फ एको एक स्पष्ट मतलब है कि पार्लीमेंट आप बेनती करिए कि जी जिहड़ा बंदा एक बार इत्थे पढ़ाई पूरी कर चुके उन्हों दोबारा अंग्रेजी ना पूछी जाए।